ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਮੇ ਸਾਡੇ ਆਮਣਾ ਦੇ ਲਾਲ ਹੋਣਗੇ। ਤਵੱਜੋ ਹੈ ਉਹ ਕਹਿ ਦੇ ਸੁਭਾਨ ਸੁਭਾਨ, ਔਰ ਬਸ ਕਹਿ ਦੇ ਸੁਭਾਨ ਸੁਭਾਨ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਮੇ ਸਾਡੇ ਆਮਣਾ ਦੇ ਲਾਲ ਹੋਣਗੇ, ਹਮੇ ਸਾਡੇ ਆਮਣਾ ਦੇ ਲਾਲ ਹੋਣਗੇ। اگر آپ کو آپ کی فضیلت ہضم ہو جائے نا، پھر آپ سب سبحان اللہ ضرور کہیے گا۔ سنیے شاعر کیا لکھتا ہے کہ جڑے صدا پڑھ دے درود یا پڑھے، جڑے صدا پڑھ دے درود یا پڑھے، جنت اچ مصطفیٰ دے نال ہون گے، جنت اچ ਸਾਡੇ ਆਮਣਾ ਦੇ ਲਾਲ ਹੋਣਗੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਮੇ ਸਾਡੇ ਆਮਣਾ ਦੇ ਲਾਲ ਹੋਣਗੇ। ਜਿੰਨਾ ਸ਼ਹਿਜ਼ਾਦਿਆਂ ਦਾ ਮੈਂ ਜ਼ਿਕਰ ਕਰਨ ਲੱਗਾ ਵਾ, ਇਹਨਾਂ ਸ਼ਹਿਜ਼ਾਦਿਆਂ ਨਾਲ ਮੁਹੱਬਤ ਰੱਖਣ ਵਾਲੇ, ਇਹਨਾਂ ਸ਼ੇਰ ਮੁਕੰਮਲ ਹੋ ਗਏ, ਤੁਸੀਂ ਸਾਰੇ ਆਏ ਹੱਥ ਖੜਾ ਕਰਕੇ ਸੁਭਾਨ ਅੱਲਾਹ ਕਹਿਣਾ, ਕਿਉਂਕਿ ਜਿੰਨਾ ਸ਼ਹਿਜ਼ਾਦਿਆਂ ਦਾ ਮੈਂ ਜ਼ਿਕਰ ਕਰਨ ਲੱਗਾ ਵਾ ਨਾ, ਉਹ ਸ਼ਹਿਜ਼ਾਦੇ ਹੀ ਇਹਨੇ ਬੁਲੰਦ ਨੇ। ਸੁਣਿਆ ਨੀ ਸ਼ਹਿਰ ਕੀ ਕਹਿੰਦਾ ਹੈ, ਇੱਕ ਵਾਰ ਮੁਹੱਬਤ ਨਾਲ ਕਹੋ ਜ਼ਰਾ ਸੁਭਾਨ ਅੱਲਾਹ, ਉਹ ਮੁਹੱਬਤ ਨਾਲ ਕਹੋ ਸੁਭਾਨ ਅੱਲਾਹ। ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ।